ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਸਾਹਮਣੇ ਅਸੀਂ ਭੱਟਾਂ ਵਾਲੀ ਪੱਗ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਅਤੇ ਇਸ ਪੱਗ ਦੀ ਲੈਂਥ 7.5 ਮੀਟਰ ਹੈ। ਪਹਿਲਾਂ ਲੜ ਸੈਂਟਰ ਤੋਂ ਲਿਆ ਕੇ ਆਪਾਂ ਨੇ ਥੋੜ੍ਹੇ ਜਿਹੇ ਵਣ ਪਾ ਕੇ ਲੜਾਂ ਲਗਾ ਦੇਣਾ ਹੈ। ਵਣਾਂ ਨੂੰ ਸੈੱਟ ਕਰਕੇ ਪਿੱਛੇ ਤੱਕ ਲੜਾਂ ਲਗਾ ਦੇਣਾ ਹੈ। ਅਗਲਾ ਲੜ ਉਸੇ ਤਰ੍ਹਾਂ ਅਗਲਾ ਲੜ ਪਿੱਛੋਂ ਬੈਕ ਪਿੱਛੋਂ ਦੱਬ ਕੇ ਤਾਂ ਬੂਈ ਦਾ ਮੋਟਾ ਪਾਸਾ ਉੱਤੇ ਅਤੇ ਖੁੱਲ੍ਹਾ ਪਾਸਾ ਥੱਲੇ ਰੱਖ ਕੇ ਅੰਗੂਠੇ ਦੀ ਮਦਦ ਨਾਲ ਬਲਾਂ ਨੂੰ ਇਕੱਠੇ ਕਰਕੇ ਲੜ ਨੂੰ ਲਗਾ ਦੇਣਾ ਹੈ। ਇਕੱਠੇ ਕਰ ਬਲਾਂ ਨੂੰ ਇਕੱਠੇ ਕਰਕੇ ਪਿੱਛੇ ਤੱਕ ਲਗਾ ਦੇਣਾ ਹੈ। ਲੜਾਂ ਨੂੰ ਅੰਗੂਠੇ ਅਤੇ ਉਂਗਲੀ ਅਤੇ ਅੰਗੂਠੇ ਦੀ ਮਦਦ ਨਾਲ ਖੋਲ੍ਹ ਲੈਣਾ ਹੈ। ਇਹ ਦਸਤਾਰ ਆਪਾਂ ਦੂਜੇ ਦੇ ਸਿਰ 'ਤੇ ਸਜਾਈ ਹੈ। ਦੂਜੇ ਦੇ ਸਿਰ 'ਤੇ ਕਿੱਦਾਂ ਸਜਾ? ਅਤੇ ਅਗਲਾ ਲੜ ਫਿਰ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਅਤੇ ਉੱਤੋਂ ਦੱਬ ਕੇ ਪੂਰੀ ਦਾ ਖੁੱਲ੍ਹਾ ਪਾਸਾ ਥੱਲੇ ਅਤੇ ਬੰਦ ਪਾਸਾ ਉੱਤੇ ਅਤੇ ਅੰਗੂਠੇ ਦੀ ਮਦਦ ਨਾਲ ਬਲਾਂ ਨੂੰ ਇਕੱਠੇ ਕਰਕੇ ਲੜ ਨੂੰ ਲਗਾ ਦੇਣਾ ਹੈ। ਪਿੱਛੇ ਤੱਕ ਬਲਾਂ ਨੂੰ ਖੋਲ੍ਹ ਕੇ ਲਗਾ ਦੇਣਾ ਹੈ। ਚੰਗੀ ਤਰ੍ਹਾਂ ਬਲਾਂ ਨੂੰ ਆਪਾਂ ਨੇ ਸੈੱਟ ਕਰਕੇ ਲਗਾ ਦੇਣਾ ਹੈ। ਅਤੇ ਫਿਰ ਤੁਸੀਂ ਪਿੱਛੋਂ ਸੈੱਟ ਕਰ ਲਈਏ। ਅਤੇ ਅਗਲਾ ਲੜ ਫਿਰ ਉਸੇ ਤਰ੍ਹਾਂ ਪਿੱਛੋਂ ਦੱਬ ਕੇ ਬੈਗ ਤੋਂ ਪਿੱਛੇ ਕਰਕੇ ਉੱਤੋਂ ਦੱਬ ਕੇ ਪੂਰੀ ਤਾਂ ਖੁੱਲ੍ਹਦਾ ਪਾਸਾ ਥੱਲੇ ਅਤੇ ਬੰਦ ਪਾਸਾ ਉੱਤੇ ਅਤੇ ਉਸ ਲੜ ਵਿੱਚ ਆਪਾਂ ਨੇ ਅੰਗੂਠੇ ਦੀ ਮਦਦ ਨਾਲ ਬਲਾਂ ਨੂੰ ਇਕੱਠੇ ਕਰਕੇ ਲੜ ਲਗਾ ਦੇਣਾ ਹੈ। ਪਿੱਛੇ ਤੱਕ ਪੂਰੇ ਲੜਾਂ ਨੂੰ ਖੋਲ੍ਹ ਕੇ ਲੜ ਲਗਾ ਦੇਣਾ ਹੈ। ਬਲਾਂ ਨੂੰ ਖੋਲ੍ਹ ਕੇ ਲੜ ਲਗਾ ਦੇਣਾ ਹੈ। ਇਹ ਪੱਗ ਆਪਾਂ ਨੇ ਕਿਸੇ ਹੋਰ ਦੇ ਸਿਰ 'ਤੇ ਬੰਨ੍ਹੀ ਹੈ। ਦੂਜੇ ਦੇ ਸਿਰ 'ਤੇ ਪੱਗ ਆਪਾਂ ਕਿਵੇਂ ਬੰਨ੍ਹ ਸਕਦੇ ਹਾਂ? ਅਗਲਾ ਲੜ ਫਿਰ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਅਤੇ ਬੈਗ ਤੋਂ ਪਿੰਚ ਕਰਕੇ ਚੰਗੀ ਤਰ੍ਹਾਂ ਦੱਬ ਕੇ ਉੱਤੋਂ ਦੱਬ ਕੇ ਪੂਰੀ ਦਾ ਮੋਟਾ ਪਾਸਾ ਉੱਤੇ ਅਤੇ ਪਤਲਾ ਪਾਸਾ ਥੱਲੇ ਅੰਗੂਠੇ ਦੀ ਮਦਦ ਨਾਲ ਬਲਾਂ ਨੂੰ ਇਕੱਠੇ ਕਰਕੇ ਆਪਾਂ ਨੇ ਲੜ ਲਗਾ ਦੇਣਾ ਹੈ। ਜੇ ਤੁਸੀਂ ਸਾਡੇ ਯੂਟਿਊਬ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਅਤੇ ਹੋਰ ਨਵੀਆਂ ਵੀਡੀਓ ਦੇਖਣ ਲਈ ਪਹਿਲਾਂ ਇੱਕ ਨੂੰ ਜ਼ਰੂਰ ਪ੍ਰੈਸ ਕਰਨਾ। ਅਤੇ ਉਹਦੇ ਲੜ ਵਿੱਚ ਆਪਾਂ ਨੇ ਬਾਟ ਪਾ ਕੇ ਉਸਨੂੰ ਆਪਾਂ ਨੇ ਪੂਰਾ ਲੜ ਨੂੰ ਖੋਲ੍ਹ ਕੇ ਲਗਾ ਦੇਣਾ ਹੈ। ਅਤੇ ਫਿਰ ਆਪਾਂ ਆਪਣੀ ਪੱਗ ਦੀ ਨੋਕ ਸੈੱਟ ਕਰਾਂਗੇ ਅਤੇ ਬਲਾਂ ਦੀ ਸੈਟਿੰਗ ਕਰਾਂਗੇ। ਜਿੱਥੋਂ ਕਿੱਦਾਂ ਤੁਹਾਨੂੰ ਬਾਲ ਢਿੱਲੇ ਲੱਗ ਰਹੇ ਹਨ ਤਾਂ ਗੂਠੇ ਤਮਕਲੀ ਦੀ ਮਦਦ ਨਾਲ ਤੁਸੀਂ ਉਹਨੂੰ ਟਾਈਟ ਵੀ ਕਰ ਸਕਦੇ ਹੋ। ਤੁਸੀਂ ਬਾਜ ਜਾਂ ਪੱਗ ਜਾਂ ਸਿਲਾਈ ਦੀ ਮਦਦ ਵੀ ਲੈ ਸਕਦੇ ਹੋ। ਅਗਲਾ ਲੜ ਫਿਰ ਉਸੇ ਤਰ੍ਹਾਂ ਬੈਗ ਤੋਂ ਪਿੰਚ ਕਰਕੇ ਕੂਣੀ ਦਾ ਉਹ ਬੰਦ ਪਾਸਾ ਉੱਤੇ ਅਤੇ ਖੁੱਲ੍ਹਦਾ ਪਾਸਾ ਥੱਲੇ ਲੜ ਨੂੰ ਕੰਨ ਤੱਕ ਖੋਲ੍ਹ ਕੇ ਲੜ ਨੂੰ ਕੰਨ ਤੱਕ ਖੋਲ੍ਹ ਕੇ ਇਹ ਲੜ ਨੂੰ ਆਪਾਂ ਸਾਫ਼ ਲਗਾਵਾਂਗੇ। ਪੂਰਾ ਸਾਫ਼ ਕਰਕੇ ਲਗਾ ਦੇਣਾ ਹੈ। ਜੇਕਰ ਤੁਹਾਨੂੰ ਪੱਗ ਤਿੱਖੀ ਲੱਗ ਰਹੀ ਹੈ ਤਾਂ ਤੁਸੀਂ ਉਸ 'ਤੇ ਹੱਥ ਮਾਰ ਕੇ ਉਸ ਨੂੰ ਸੈੱਟ ਵੀ ਕਰ ਸਕਦੇ ਹੋ।
कि तुम इस वीडियो में देख सकते हो। फिर आप अपनी पग की शेप सैट करा तो बालों की सैटिंग बाज ना जितों कि बाल ढिले लगते हैं तो उन्होंने तुम स्ट्रैट कर सकते हो और संकड़े भी कर सकते हो। फिर तुम अपनी 50 सैट करोगे फिर आप उपरली पेचा की सैटिंग करा जो कि बाल घट देख रहे हैं तो तुम उन्होंने संकड़े भी कर सकते हो। आप अपने पग के उतले लड़ाई सैटिंग करा जितों कि पग बाली बाहर है तो तुम उसको दब सकते हो हाथ की मदद से उतले लड़ा की सफाई करा पीछे तक। पूरा पीछे तक बाज बेरना है फिर आप अगला लड़ लगावे। ये लड़ तुम सीधा भी लगा सकते हो जो तुम मोड़ के लगाना चाहते हो तो मोड़ के पग पेंसिल पेंसिल मोड़ के भी लगा सकते हो। पूरा सीधा साफ करके अपने लगा देना है। सीधा करके अपने पूरा टाइट करके लगा देना है। फिर आप अपनी पग की सैटिंग करा फिर आप सैटा पाँगे सैरटा पाने दोनों पास फोल्ड करके सिरू उतर आप दोनों पल फोल्ड करके सिरू चंकी तरह ढक लेना है। फिर आप अपने बड़ा की सैटिंग करा पग सैट नहीं लग रही तो बैग पिछला लड़ आप दोनों पास फोल्ड करके चंगी तरह साफ करके लड़ लगा देना है। जो थोड़ा साड़ी अज की वीडियो वधिया लगी तो चैनल सब्सक्राइब जरूर करना बैल आइकन जरूर पे करना लाइक कमेंट शेयर जरूर करना साढ़े हो वाहेगुरु जी का खालसा वाहेगुरु जी की फतेह।